अज असी अखौतों बारे विचार चर्चा कर रहे हाँ। अखौतों नूं अखाणा जां कहावतां भी कहा जाता है। ये लोगों की सियाणप उन्हां दे जीवन के तजर्बे विचों पैदा हुंदियां हन। इन्हां विच उस भाषा नूं बोलण वालियां दी अणगिणत पीढ़ियां दे अनुभव तजर्बे हुंदे हन। अखौतां किसी भाषा नूं बोलण वाले लोगों की आम बोलचाल का हिस्सा हुंदियां हन। अखौतां दे विच संखेपता ते संजमता हुंदी है। इस विच काविक लयबद्धता हुंदी है। किसी भाषा की अमीरी है जिहड़ी उसके अखाणा ते मुहावरियां तो हुंदी है। वार्तालाप नूं प्रभावशाली बनाउण लई इन्हां दा महत्वपूर्ण रोल हुंदा है। जदों असीं संखेप रचना करनी हुंदी है तां वी असीं मुहावरियां ते अखौतां की वरतों करते हैं। इन्हां दे मुहावरियां ते अखौतां दे विच फर्क की है? मुहावरे आ जिहड़े ਉਹ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਹੁੰਦੇ ਆ ਅਤੇ ਜਿਹੜੀਆਂ ਅਖੌਤਾਂ ਆ ਉਹ ਲੰਬੀਆਂ ਹੁੰਦੀਆਂ ਹਨ। ਮੁਹਾਵਰਿਆਂ ਵਿੱਚ ਇਤਿਹਾਸਿਕ ਅਤੇ ਸੱਭਿਆਚਾਰਕ ਪਿਛੋਕੜ ਹੁੰਦਾ ਹੈ। ਇਸ ਤਰ੍ਹਾਂ ਮੁਹਾਵਰੇ ਅਤੇ ਅਖਾਣਾਂ ਦੇ ਵਿੱਚ ਇਹ ਬੁਨਿਆਦੀ ਜਿਹੜਾ ਫਰਕ ਆ। ਹੁਣ ਅਸੀਂ 12ਵੀਂ ਜਮਾਤ ਵਿੱਚ ਲਗਭਗ ਜਿਹੜੀਆਂ ਅਖੌਤਾਂ ਆਉਣੀਆਂ ਹਨ ਉਹਨਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ। ਪਹਿਲੀ ਅਖੌਤ, ਉੱਠੇ ਤਾਂ ਉੱਠ ਨਹੀਂ ਰੇਤੇ ਦੀ ਮੁੱਠ। ਇਹ ਉਸ ਵਿਅਕਤੀ ਲਈ ਵਰਤੀ ਜਾਂਦੀ ਹੈ ਜਿਹੜਾ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਰਹਿੰਦਾ ਆ, ਉਸ ਦੇ ਵਾਸਤੇ ਅਸੀਂ ਇਹ ਅਖੌਤ ਵਰਤਦੇ ਹਾਂ। ਇੱਕ ਗੱਲ ਤੁਸੀਂ ਸਭ ਨੇ ਧਿਆਨ 'ਚ ਰੱਖਣੀ ਆ ਕਿ ਅਖੌਤਾਂ ਜਦੋਂ ਵੀ ਸਾਨੂੰ ਪੇਪਰ ਦੇ ਵਿੱਚ ਆਉਂਦੀਆਂ ਆ ਤਾਂ ਉਸ ਦੇ ਵਿੱਚ ਜਾਂ ਤਾਂ ਅਸੀਂ ਅਖੌਤ ਦਾ ਵਾਕ ਬਣਾ ਕੇ ਦੱਸ ਦਈਏ, ਅਖੌਤ ਦੇ ਵਿੱਚ ਵਰਤੋਂ ਕਰ ਦਈਏ, ਜਾਂ ਫਿਰ ਇਸ ਦਾ ਮਤਲਬ ਕਿ ਜਿਹੜੀ ਇਸ ਦੀ ਸਥਿਤੀ ਨੂੰ ਬਿਆਨ ਕਰ ਦਿੱਤਾ ਜਾਵੇ। ਅਗਰ ਅਸੀਂ ਇਸ ਦੀ ਸਥਿਤੀ ਨੂੰ ਬਿਆਨ ਕਰਦੇ ਹਾਂ ਤਾਂ ਵੀ ਸਾਨੂੰ ਜਿਹੜੇ ਆ ਪੂਰੇ ਅੰਕ ਮਿਲਦੇ। ਹਾਂਜੀ, ਅਗਲੀ ਅਖਾਣ, ਅਸ਼ਰਫੀਆਂ ਦੀ ਲੁੱਟ ਅਤੇ ਕੋਲਿਆਂ ਅਤੇ ਮੋਹਰਾਂ। ਇਹ ਅਖਾਣ ਅਸੀਂ ਉਦੋਂ ਵਰਤਦੇ ਹਾਂ ਜਦੋਂ ਇਹ ਦੱਸਣਾ ਹੋਵੇ ਕਿ ਕੀਮਤੀ ਚੀਜ਼ਾਂ ਨੂੰ ਸਾਂਭ ਕੇ ਨਾ ਰੱਖਿਆ ਜਾਵੇ ਅਤੇ ਜਿਹੜੀਆਂ ਬਹੁਮੁੱਲੀਆਂ ਚੀਜ਼ਾਂ ਨਹੀਂ ਹੈਗੀਆਂ, ਜਿਹੜੀਆਂ ਚੀਜ਼ਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜਾਂ ਬਹੁਤ ਕੀਮਤੀ ਨਹੀਂ ਹੁੰਦੀਆਂ, ਉਹਨਾਂ ਨੂੰ ਸਾਂਭ ਸਾਂਭ ਕੇ ਰੱਖਿਆ ਜਾਂਦਾ, ਭਾਵ ਨਿਗੂਣੀਆਂ ਚੀਜ਼ਾਂ ਨੂੰ ਸਾਂਭ ਸਾਂਭ ਕੇ ਰੱਖਿਆ ਜਾਵੇ ਅਤੇ ਜਿਹੜੀਆਂ ਬਹੁਮੁੱਲੀਆਂ ਚੀਜ਼ਾਂ ਆ ਉਹਨਾਂ ਦੀ ਪਰਵਾਹ ਨਾ ਕੀਤੀ ਜਾਵੇ। ਇਹ ਅਖਾਣ ਅਸੀਂ ਉਦੋਂ ਵਰਤਦੇ। ਅੱਗੇ ਸੱਪ ਅਤੇ ਪਿੱਛੇ ਸ਼ੀਂਹ, ਸ਼ੀਂਹ ਹੁੰਦਾ ਸ਼ੇਰ ਬਟਨ। ਹੁਣ ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਮਨੁੱਖ ਆ ਜਿਹੜਾ ਉਹ ਮੁਸੀਬਤ ਦੇ ਵਿੱਚ ਫਸ ਜਾਵੇ, ਦੋਨੋਂ ਪਾਸੇ ਮੁਸੀਬਤਾਂ ਹੋਣ, ਉਹਨੂੰ ਕੋਈ ਵੀ ਰਾਹ ਨਾ ਲੱਭੇ, ਉਦੋਂ ਅਸੀਂ ਇਹ ਅਖਾਣ ਵਰਤਦੇ ਹਾਂ। ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਜਦੋਂ ਅਸੀਂ ਕਿਸੇ ਦੀ ਸ਼ਖਸੀਅਤ ਦੇ ਬਾਰੇ ਦੱਸਣਾ ਹੋਵੇ, ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹ ਜਦੋਂ ਵੀ ਕਿਸੇ ਦਾ ਮਤਲਬ ਕਿ ਸਤਿਕਾਰ ਕਰਦਾ ਆ, ਆਦਰ ਕਰਦਾ ਆ, ਤਾਂ ਉਸ ਦੀ ਸ਼ਖਸੀਅਤ ਦੇਖ ਕੇ ਹੀ ਕਰਦਾ ਆ। ਇਹ ਜਿਹੜਾ ਸਾਡਾ ਸੁਭਾਅ ਆ, ਸਹਿਜ ਸੁਭਾਅ, ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ। ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਇਹ ਖਾਣ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਕੋਈ ਮਨੁੱਖ ਆਪਣੇ ਆਪ ਮੁਸੀਬਤ ਮੁੱਲ ਲੈ ਲਵੇ, ਜਾਣ ਬੁੱਝ ਕੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਵੇ, ਫਿਰ ਉਸ ਦੀ ਮਦਦ ਕਰਨ ਲਈ ਹੋਰ ਦੂਜਾ ਕੋਈ ਵੀ ਤਿਆਰ ਨਹੀਂ ਹੁੰਦਾ ਅਤੇ ਸਾਰੇ ਉਸ ਦੇ ਲਈ ਇਹੀ ਅਖਾਣ ਵਰਤਦੇ ਆ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੋ। ਇਹ ਅਖਾਣ ਅਸੀਂ ਉਦੋਂ ਵਰਤਦੇ ਹਾਂ ਜਦੋਂ ਮਨੁੱਖ ਆ ਜਿਹੜਾ ਉਹ ਆਪਣੀਆਂ ਸਿਫਤਾਂ ਆਪ ਹੀ ਕਰੀ ਜਾਵੇ, ਉਸ ਵੇਲੇ ਅਸੀਂ ਉਸ ਦੇ ਵਾਸਤੇ ਇਹ ਅਖਾਣ ਵਰਤਦੇ ਹਾਂ। ਆਰੀ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਵੇਂ ਪਾਸੇ ਦਿੰਦੇ। ਇਹ ਅਖਾਣ ਅਸੀਂ ਉਦੋਂ ਵਰਤਦੇ ਹਾਂ ਜਦੋਂ ਅਸੀਂ ਇਹ ਦਰਸਾਉਣਾ ਹੋਵੇ ਕਿ ਜਿਹੜਾ ਸਮਾਜ ਆ, ਜਿਹੜੇ ਲੋਕ ਆ, ਇਹ ਮਤਲਬ ਕਿ ਦੋ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਇੱਕ ਪਾਸੇ ਦੀ ਗੱਲ ਕਦੇ ਨਹੀਂ ਕਰਦੇ, ਕਦੇ ਵੀ ਜੇ ਕੋਈ ਚੰਗਾ ਕੰਮ ਕਰੇ ਤਾਂ ਵੀ ਲੋਕ ਜਿਹੜੇ ਆ ਉਸਦੀ ਆਲੋਚਨਾ ਕਰਦੇ ਆ, ਜੇਕਰ ਕੋਈ ਮਾੜਾ ਕੰਮ ਕਰਦਾ ਤਾਂ ਉਹਦੀ ਆਲੋਚਨਾ ਹੋਣੀ ਹੀ ਹੋਣੀ ਹੈ। ਇਸ ਕਰਕੇ ਲੋਕ ਆ ਜਿਹੜੇ ਉਹ ਕਦੀ ਕਿਸੇ ਨੂੰ ਬਖਸ਼ਦੇ ਨਹੀਂ, ਉਹ ਹਮੇਸ਼ਾ ਹੀ ਇਸ ਤਾਕਤ 'ਚ ਰਹਿੰਦੇ ਆ ਕਿ ਕਿਵੇਂ ਜਿਹੜੀ ਆ ਅਸੀਂ ਦੂਜਿਆਂ ਦੀ ਆਲੋਚਨਾ ਕਰ ਸਕੀਏ। ਇਸੇ ਕਰਕੇ ਇਹ ਅਖਾਣ ਵਰਤਿਆ ਜਾਂਦਾ ਆ, ਆਰੀ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਵੇਂ ਪਾਸੇ ਦਿੰਦੇ। ਇੱਕ ਚੁੱਪ ਅਤੇ ਸੌ ਸੁੱਖ, ਇਹ ਅਖਾਣ ਅਸੀਂ ਉਦੋਂ ਵਰਤਦੇ ਹਾਂ ਜਦੋਂ ਅਸੀਂ
चुप रहन दा लाभ दसना होवे, चुप रहन दे फायदे दसने होन। कदे भी कोई लड़ाई झगड़ा हुंदा आ, अगर असीं उस लड़ाई झगड़े नूं अगे नहीं वधाउणा चाहुंदे, उस नूं खत्म करना चाहुंदे आ, तां असीं इह अखाण वरतांगे, इक चुप ते सौ सुख। क्योंकि चुप रहन दे नाल जिहड़ा आ लड़ाई झगड़ा उह खत्म हो जाता है, तो सारा मसला जिहड़ा हल हो जाता है। जिहड़ी हुण मैं तुहानूं आखरी एक अखौत करा रही हाँ, सच्चे मार्ग चलदिआं उस्तत करे जहान। इस अखौत दे विच दस्या गया है कि किस तरह जिहड़ा मनुख नेक कर्म करदा है, चंगे काम करदा है, सारे संसार दे विच उसकी वड्याई अपने आप हुंदी है। क्योंकि चंगे कर्म जिहड़ा करदा है उसकी वड्याई जिहड़ी है उस सुभाविक ही अपने आप ही जिहड़ी है लोग उसकी वड्याई करदे है। इस करके ये जिहड़ियां अखौतां आ इन्हां तों सानूं सिक्ख्या भी मिलदी है, सानूं काफ़ी मतलब कि इस चीज़ तो पता चलता है कि किस तरह मतलब असीं जिहड़ा समाज दे विच विचरना आ। हाँ जी, तुसीं सब ने खौतन ध्यान देना कर लेना। धन्नवाद सहत।